ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਰਾਏਪੁਰ ਅਰਾਈਆਂ ਅਤੇ ਪੁਆਰੀ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਬੰਨ ਟੁੱਟਣ ਦੇ ਅਸਾਰ, ਲੋਕਾਂ ਸਹਿਮ ਦਾ ਮਾਹੌਲ। ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਅਰਾਈਆਂ ਅਤੇ ਪੁਆਰੀ ਪਿੰਡ ਦੇ ਨਾਲ ਲੱਗਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਇਹਨਾਂ ਪਿੰਡਾਂ ਨਾਲ ਲੱਗਦੇ ਬੰਨ ਟੁੱਟਣ ਦੇ ਅਸਾਰ ਵੱਧਦੇ ਜਾ ਰਹੇ ਹਨ। ਭਾਵੇਂ ਕਿ ਪਿੰਡ ਵਾਸੀਆਂ ਅਤੇ ਸਰਕਾਰੀ ਯਤਨਾਂ ਨਾਲ ਦਰੱਖਤਾਂ ਨੂੰ ਕੱਟ ਕੇ ਅਤੇ ਰੇਤ ਭਰੇ ਬੋਰਿਆਂ ਨਾਲ ਪਾਣੀ ਨੂੰ ਰੋਕਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਰਵਿੰਦਰ ਸਿੰਘ ਪਿੰਡ ਸੱਤੋਵਾਲ ਲੁਧਿਆਣਾ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਜੋ ਬਿਲਕੁਲ ਦਰਿਆ ਦੇ ਨਾਲ ਲੱਗਦੀ ਹੈ, 26 ਏਕੜ ਜੋ ਕਿ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਬਿਲਕੁਲ ਨਾਲ ਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਅਤੇ ਕਈ ਵਾਰ ਅਸੀਂ ਇਸ ਦੀ ਦਰਖਾਸਤ ਵੀ ਦੇ ਚੁੱਕੇ ਹਾਂ, ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ, ਜਿਸ ਦਾ ਇਹ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ। ਬੂਟਾ ਸਿੰਘ ਢਿੰਸਾ, ਅਪਰਾ ਦੀ ਰਿਪੋਰਟ। ਮੇਰਾ ਨਾਂ ਰਵਿੰਦਰ ਸਿੰਘ, ਪਿੰਡ ਸੱਤੋਵਾਲ ਤੋਂ। ਸਾਡੀ ਜ਼ਮੀਨ ਪਿੰਡ ਪੁਆਰੀ ਦੇ ਵਿੱਚ ਤਕਰੀਬਨ ਕੋਈ 26 ਏਕੜ। ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਪ੍ਰਸ਼ਾਸਨ ਨੂੰ ਦੱਸਿਆ, DC ਸਾਹਿਬ ਨੂੰ, SDM ਸਾਹਿਬ ਨੂੰ, ਸਾਰਿਆਂ ਨੂੰ ਦੱਸਿਆ, ਉਹਨਾਂ ਨੂੰ ਸੂਚਿਤ ਕੀਤਾ ਵੀ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਆ, ਸਾਡੀ ਜ਼ਮੀਨ ਦੇ ਨਾਲ ਸਾਡੀ ਜ਼ਮੀਨ ਨੂੰ ਖਤਰਾ। ਇਸ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ, ਉਹਨਾਂ ਬੰਦਿਆਂ 'ਤੇ ਕੋਈ ਕਾਰਵਾਈ ਨਹੀਂ। ਲਸਾੜੇ ਚੌਂਕੀ ਦੇ ਵਿੱਚ ਅੱਜ ਵੀ ਉਹ ਦਰਖਾਸਤ SSP ਸਾਹਿਬ ਦੀ ਆਈ ਪਈ ਆ, ਕਿਸੇ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਲਓ ਜੀ, ਇਹ ਮਾਈਨਿੰਗ ਵਾਲੇ ਕਰਨਗੇ, ਮਾਈਨਿੰਗ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਸੋ ਅੱਜ ਤੁਹਾਡੇ ਸਾਹਮਣੇ ਹੀ ਆ ਵੀ ਪ੍ਰਸ਼ਾਸਨ ਦੇ ਬੰਦੇ ਤਾਂ ਲੱਗੇ ਹੋਏ ਆ, ਪਰ ਪ੍ਰਸ਼ਾਸਨ ਦੇ ਬੰਦੇ ਇੰਨੀ ਲੇਬਰ ਘੱਟ ਆ। ਕੋਈ ਇੱਥੇ ਦੂਜਾ ਹੁਣਾ ਪਿੰਡ ਵਾਲੇ ਮੁੰਡੇ ਹਮਲਾ ਕਰਦੇ ਆ ਕੰਮ, ਉਹਨਾਂ ਨੇ ਸਾਰਾ ਕੰਮ ਪਿੰਡ ਵਾਲਿਆਂ ਨੇ ਕੀਤਾ। ਲਿਆ ਕੇ ਬੂਟੇ ਲਾਉਂਦੇ ਆ, 3 ਦਿਨ ਹੋ ਗਏ ਪਿੰਡ ਵਾਲੇ ਸਹਿਯੋਗ, ਪੂਰਾ ਪਿੰਡ ਲਸਾੜਾ ਦੇ ਰਿਹਾ ਵਾ। ਲਸਾੜੇ ਪਿੰਡ ਦੇ 3 ਦਿਨ ਹੋ ਗਏ ਮੁੰਡੇ ਦਿਨ ਭਰ ਰਾਤ ਲੱਗੇ ਹੋਏ ਆ। ਜਦੋਂ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ, ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਸੀ ਉਹ ਬੰਦ ਹੀ ਨਹੀਂ ਹੋਈ। ਉਹ ਤਾਂ ਫਿਰ ਜਦੋਂ 31 ਜੂਨ ਨੂੰ ਉਹਦਾ ਕੰਟਰੈਕਟ ਖਤਮ ਹੋਇਆ ਉਦੋਂ ਬੰਦ ਕੀਤੀ ਗਈ, ਉਦੋਂ ਪਹਿਲਾਂ ਚੱਲ ਰਹੀ ਸੀ। ਠੀਕ ਹੈ, ਧੱਕੇ ਨਾਲ ਨਜਾਇਜ਼ ਮਾਈਨਿੰਗ ਹੋਈ ਆ। ਵੱਡੇ ਕਿੰਨੇ ਖੇਤ ਹੈ ਇੱਥੇ? ਸਾਡੇ ਤਕਰੀਬਨ 26 ਕਿੱਲੇ ਇੱਥੇ, ਜਿਹੜੇ 22 ਜੋਗ ਸੀ, 12-13 ਕਿੱਲੇ 22 ਜੋਗ ਸੀ, ਬਾਕੀ ਵਿੱਚ ਚੱਲਦੇ ਸੀਗੇ ਪਾਣੀ ਦੇ। 12-13 ਕਿੱਲੇ ਮੇਰਾ ਝੋਨਾ ਹੜ ਗਿਆ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿਹੜਾ ਹੁਣ ਝੋਨਾ ਤਾਂ ਹੜ ਗਿਆ ਤਾਂ ਮੁਆਵਜ਼ਾ ਸਾਨੂੰ ਮਿਲ ਜਾਵੇ, ਹੋਰ ਸਾਨੂੰ ਹੁਣ ਹੋਰ ਚਾਹੀਦਾ, ਹੋਰ ਕੋਈ ਅਸੀਂ ਮੰਗਦੇ। ਜਿਹੜੀ ਆ ਇੱਥੇ ਹੁਣ ਪਾਣੀ ਦੀ ਮਾਰ ਪੈ ਰਹੀ ਆ, ਸੇਲ ਕੇਲਾਂ ਅਤੇ ਰਾਏਪੁਰ ਰਾਈਆਂ ਦੇ ਜਿਹੜੇ ਵਿਚਕਾਰੇ ਚੱਲ ਰਿਹਾ ਕੰਮ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਮਾਰ ਤਾਂ ਇੱਦਾਂ ਨਾ ਜੀ, ਜਦੋਂ ਹੁਣ ਤਾਂ ਵੈਸੇ ਆਪਣੇ ਪਾਣੀ ਤਾਂ ਆਪਣਾ ਬਹੁਤ ਨਿਕਲ ਗਿਆ ਹੈਗਾ ਪਹਿਲਾਂ, 2,80,000 ਪਾਣੀ ਨਿਕਲਿਆ ਹੈਗਾ, ਹੁਣ ਤਾਂ ਪਾਣੀ ਰੋਪੜ ਤੋਂ ਵੀ 40-47,000 ਕਿਉਂਸੀ ਕੀ ਹੈਗਾ ਜਿਹੜਾ ਆ ਰਿਹਾ ਹੈਗਾ। ਜਦੋਂ ਪਾਣੀ ਘੱਟਦਾ ਨਾ, ਉਦੋਂ ਇਹ ਆਪਣੇ ਐਕਸ਼ਨ ਕਰਦਾ ਹੀ ਕਰਦਾ ਹੈਗਾ ਥੋੜਾ ਬਹੁਤਾ, ਤੇ ਉਸ ਕਰਕੇ ਹੈਗਾ। ਤੇ ਕੋਈ ਆਪਣੇ ਜਿਹੜੇ ਅਸੀਂ ਲੱਗੇ ਹੋਏ ਹੈਗੇ ਆ, ਮੋੜੇ ਮੋੜੇ ਪਾ ਕੇ ਤੇ ਆਪਣੇ ਇਹਦੀ ਆਹ ਬਰੁਸ਼ਿਸ਼ ਵਗੈਰਾ ਪਾ ਕੇ ਤੇ ਉਦੋਂ ਬਾਅਦ ਈਸੀ ਬੈਗ ਲਾ ਕੇ ਇਹ ਬੋਰੀਆਂ ਦੇ ਸਟੱਡ ਵੀ ਲਾਵਾਂਗੇ ਜੀ। ਹਾਂ, ਜਿਹੜੇ ਵੀ ਰੈਮਡਿਲ ਮਈਅਰ ਹੈਗੇ ਆ ਟੈਕਨੀਕਲ ਤੌਰ ਤੇ, ਉਹ ਅਸੀਂ ਲਾਵਾਂਗੇ। ਠੀਕ ਆ ਸਰ ਜੀ, ਲੋਕੇ ਦਾ ਕਹਿਣਾ ਆ ਬਈ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਸੀ, ਬਈ ਉਹਦੇ ਬਾਰੇ ਅਸੀਂ ਸਰਕਾਰ ਨੂੰ ਦਰਖਾਸਤਾਂ ਬਹੁਤ ਦਿੱਤੀਆਂ, DSP ਸਾਹਿਬ ਦੇ, SSP ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਹੋਈਆਂ ਆ, ਬਈ ਉਹਦੇ ਬਾਰੇ ਕਾਰਵਾਈ ਨਹੀਂ ਕੋਈ ਹੋ ਰਹੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਉਹਦੇ ਬਾਰੇ ਤਾਂ ਜੀ ਆਪਣੇ ਜਿੱਥੇ ਜਿੰਨਾ ਬਾਰੇ ਉਹ ਗੱਲ ਕਰ ਰਹੇ ਹੈਗੇ ਆ ਵੀ ਹਾਂ ਦਿੱਤੀਆਂ ਦਰਖਾਸਤਾਂ, ਉਹ ਤਾਂ ਉਹੀ ਜਵਾਬ ਦੇ ਸਕਦੇ ਹੈਗੇ ਆ, ਪੁਲਿਸ ਵਿਭਾਗ ਹੀ ਦੱਸ ਸਕਦਾ ਹੈਗਾ ਇਸ ਬਾਰੇ। ਠੀਕ ਆ।